ਮਿੰਟੂ ਜੀ ਸਿਕ ਸੰਸਥਾ ਤੇ ਭਾਜਪਾ ਸਰਕਾਰ ਦਾ ਹੱਲਾ ਕਹਿੰਦੇ ਵੀ ਕਿਹਾ ਜਾ ਰਿਹਾ ਕਿ ਇੱਕ ਹਜ਼ੂਰ ਸਾਹਿਬ ਦੇ ਵਿੱਚ ਜਿਹੜੇ ਮੈਂਬਰਸ ਨਿਯੁਕਤ ਕੀਤੇ ਜਾਂਦੇ ਨੇ ਸਰਕਾਰ ਉਹਦੇ ਵਿੱਚ ਆਪਣਾ ਜ਼ਿਆਦਾ ਪ੍ਰਭਾਵ ਚਾਹੁੰਦੀ ਹੈ ਕੀ ਚੱਲ ਰਿਹਾ ਜੀ ਜੀ ਬਿਲਕੁਲ ਇਹਦੇ ਤੇ ਅੱਜ ਕਾਫੀ ਗਹਿਨ ਗੱਲਬਾਤ ਚੱਲ ਹੁੰਦੀ ਰਹੀ ਹੈ ਤੋ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਨੇ ਕਿਆ ਨਹੀਂ ਰਗਵੀ ਸਿੰਘ ਜੀ ਉਹਨਾਂ ਨੇ ਵੀ ਇਸ ਨੂੰ ਬਹੁਤ ਕਰੜੇ ਸ਼ਮਦਾ ਦੇ ਵਿੱਚ ਨਿੰਦੇ ਆ ਦਰਸਨ ਕੀ ਹੈ ਕਿ ਕਾਰਿੰਦਾਂ ਨੇ ਵੀ ਇਹ ਮਤਾ ਚੁੱਕਿਆ ਕੁਝ ਅਖਬਾਰਾਂ ਨੇ ਵੀ ਚੁੱਕਿਆ ਕਿ ਰਾਜ ਸਰਕਾਰ ਨੇ ਬੋਰਡ ਦੇ કુલ 17 ਮੈਂਬਰਾਂ ਚੋਂ 12 ਨੂੰ ਸਿੱਧੇ ਤੋਂ ਤੇ ਨਾਮਜ਼ਦ ਕਰਨ ਦਾ ਰਾਹ ਖੋਲ ਦਿੱਤਾ ਹੈ ਮਸਲਾਂ ਅੰਦੀ ਜਿਸ ਤਰੀਕੇ ਦੀ ਉਥੇ ਕੰਪੋਜੀਸ਼ਨ ਸੀਗੀ ਉਹਨੂੰ ਬਿਲਕੁਲ ਵਿਗਾੜ ਦਿੱਤਾ ਤੇ ਜਿਹਦਾ ਸਿੱਧਾ ਪ੍ਰਭਾਵ ਇਹ ਹੋ ਜਾਂਦਾ ਹੈ ਕਿ ਹੁਣ ਬੋਰਡ ਜਿਹੜਾ ਪੂਰੀ ਤਰ੍ਹਾਂ ਉਥੋਂ ਦੇ ਯਾਨੀ ਸਥਾਨਕ ਮਹਾਰਾਸ਼ਟਰ ਦੀ ਸਰਕਾਰ ਹੈ ਜਿਹਦੀ ਉਹਦੀ ਗ੍ਰਿਫਤ ਦੇ ਵਿੱਚ ਆ ਕੇ ਕੋਈ ਵੀ ਪਕੜ ਜਾ ਜਾਏ ਸ਼ਗਵਣੀ ਕਮੇਟੀ ਵੱਲੋਂ ਜਿਹੜੇ ਭੇਜੇ ਜਾਂਦੇ ਮੈਂਬਰ ਸੀ ਜੀ ਉਹਨਾਂ ਦੀ ਗਿਣਤੀ ਵੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਹੈ। ਮਤਲਬ ਅੰਦੀ ਗਿਣਤੀ ਉਹ ਵੀ ਡਾ ਦਤੀ ਹੈ ਇਸ ਤੋਂ ਇਲਾਵਾ ਚੀਫ ਕਾਲ ਸਦਵਾਨ ਇਹ ਵੀ ਕੁਝ ਸੰਸਥਾਵਾਂ ਨੇ ਨਾ ਸਿੱਖਾਂ ਦੀਆਂ اہم ਸੰਸਥਾਵਾਂ ਆ ਜੀ ਚੀਫ ਕਾਲ ਸਭਾਨ ਹਜ਼ੂਰੀ ਸੱਚਖੰਡ ਦਿਵਾਨ ਇਹਨਾਂ ਦੀ ਨਾਮਜ਼ਦਗੀ ਉਹ ਕਾ ਹੀ ਬੰਦ ਕਰ ਦਿੱਤੀ। ਹੂੰ ਹੂੰ ਤੇ ਇਸੇ ਤਰ੍ਹਾਂ ਬੋਰਡ ਦੇ ਮੈਂਬਰ ਰਹੇ ਦੋ ਸਿੱਖ ਸੰਸਦ ਮੈਂਬਰਾਂ ਨੂੰ ਵੀ ਨਵੀਂ ਸੋਧ ਵਿੱਚ ਇਸ ਅਧਿਕਾਰ ਤੋਂ ਇਨਕਾਰ ਕਰ ਦਿੱਤਾ ਗਿਆ। ਜੀ ਉਪਰੋਕਤ ਇਹ ਬਦਲਾਅ ਇਸ ਮਲਦਾ ਕਿਤੇ ਨਾ ਕਿਤੇ ਪ੍ਰਭਾਵ ਛੱਡਦੇ ਆ ਕਿ ਮਹਾਰਾਸ਼ਟਰ ਸਰਕਾਰ ਨੇ ਉਥੇ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਭਿਰਨਗਰ ਸਾਹਿਬ ਐਕਟ ਜਿਹੜਾ 1950 ਵਾਲਾ ਉਹਦੇ ਵਿੱਚ ਕਿਤੇ ਨਾ ਕਿਤੇ ਸਦਾ ਤੱਕ ਦਿੰਦਿਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਕਾਰਵਾਈ ਕੀਤੀ ਆ ਜੀ ਸਰਕਾਰ ਭਾਜਪਾ ਦੀ ਪਈ ਇੱਕਨਾਥ ਸ਼ੰਦੇ ਜਿਹੜੇ ਆ ਉਹਦਾ ਵਰਤਾਕ੍ਰਿਤੀ ਪਿੱਠ ਦੇ ਵਿੱਚ ਖੰਜਰ ਮਾਰ ਕੇ ਆਏ ਸੀ ਉਹ ਅੱਜ ਕੱਲ ਉਹਥੇ ਮੁੱਖ ਮੰਤਰੀ ਆ ਇਹਨਾਂ ਦੇ ਇੱਕ ਵਿਧਾਇਕ ਨੇ ਥਾਣੇ ਦੇ ਵਿੱਚ ਉਹਥੇ ਗੋਲੀ ਮਾਰ ਦਿੱਤੀ ਇੱਕ ਬੰਦੇ ਦੇ ਉਹਦਾ ਬਠਾਕਰੀ ਦੇ ਜਿਹੜਾ ਕਿ ਬਹੁਤ ਕਰੀਬੀ ਸੀਗਾ ਫਲੈਟ ਦਾ ਕੋਈ ਰੌਲਾ ਸੀਗਾ ਉਸ ਬੰਦੇ ਨੇ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਨਾਤੇ ਸ਼ਿੰਦੇ ਤੇ 36 ਪ੍ਰਕਾਰ ਦੇ ਦੋਸ਼ ਲਾਏ ਕਿ ਬੰਦਾ ਕਰੋੜਾ ਰੁਪਈਆ ਮੈਥੋਂ ਮੰਗਦਾ ਜੀ ਉਹ ਕੀ ਸਰਕਾਰ ਦੇ ਵਿੱਚ ਉਤੋਂ ਇਹੋ ਜਿਹੇ ਮਾਮਲਾ ਕਿ ਘਟ ਗਿਣਤੀਆਂ ਪ੍ਰਤੀ ਹੁਣ ਤੁਸੀਂ ਦੇਖੋ ਇਹਨਾਂ ਦਾ ਇੱਕ ਕਟੜ ਜਿਹਾ ਸਾਧੂ ਬੋਲ ਰਿਹਾ ਸੀਗਾ ਇਸ ਅੰਨੇ ਦਾ ਦੋ ਜੜੀਆਂ ਬਹੁਤ ਖੂਬ ਮੰਗਾ ਪੂਰੀਆ ਕਰਦੇ ਹੋ ਮਤਲਬ ਕਿ ਦੋ ਮਸਜਿਦਾਂ ਦਾ ਜ਼ਿਕਰ ਕਰ ਰਿਹਾ ਸੀ ਜਾਨਕਿ ਉਹ ਸਾਨੂੰ ਦੇ ਗਿਆਨਵਾਪੀ ਤੇ ਸ਼ਹਿਦ ਮਤਰਾ ਉਹਦੇ ਉਤੇ ਕੰਮ ਨਿਬੜ ਜਾਏਗਾ ਉਸ ਤੋਂ ਬਾਅਦ ਅਸੀਂ ਤੁਹਾਡੀ ਵਸੀਤ ਵਾਲ ਦੇਖਦੇ ਨਹੀਂ ਆ ਤਾਂ ਦੂਸਰੇ ਪਾਸੇ ਆ ਤੁਸੀਂ ਕੀ ਕਰ ਰਹੇ ਹੋ ਉਹ ਗੁਰਦੁਆਰੇ ਦਾ ਅੱਗੇ ਰੋਲਾ ਜੀ ਇਹ ਨਪੇ ਹੋਏ ਨੇ ਤੇ ਦੂਸਰੇ ਪਾਸੇ ਆਸਤਰਾ ਤੁਸੀਂ ਸੇਤਾ ਪ੍ਰਭਾਵ ਕੀ ਦੇ ਨੇ ਤਾਂ ਉਧਰ ਉਤਰਾਖੰਡ ਤੇ ਵੀ ਯੂਸੀਸੀ ਦਾ ਹੋਣਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਇਹ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਕਤਾ ਕੇ ਨੂੰ ਇਸ ਤਰ੍ਹਾਂ ਦਾ ਅਹਿਸਾਸ ਕੀਤਾ ਜਾਂਦਾ ਹੈ ਕਿ ਉਹ ਤੁਹਾਨੂੰ ਪੂਰੇ ਸਵਰ ਮੇਂ ਪੀ ਮਿਲ ਗਿਆ ਜੀ ਤਾਂ ਦੂਸਰੇ ਜਿਹੜੇ ਮਤਲਬ ਕਿ ਕੈਟਗਰੀਤੀਆ ਬੋਲੇ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਹੁਣ ਤੁਸੀਂ ਕੁਝ ਜ਼ਿਆਦਾ ਨਹੀਂ ਹੋ ਸਾਡੇ ਮਾਤੇ ਤੋਂ ਬਸ ਇਸ ਤੋਂ ਵੱਧ ਨਹੀਂ ਜੀ ਜੀ ਮਿੰਟੂ ਜੀ ਬਾਦਲ ਦੇ ਚਚੇਰੇ ਭਰਾ ਦੇ ਕਤਲ ਦਾ ਸੱਚ ਕੀ ਹੈ ਜੀ ਫਾਟ ਜ ਸਾਹਮਣੇ ਆਉਣਾ ਹਾਂ ਨੇ ਬੇਨੁਲੰਕਾ ਕਿ ਬਾਕੀ ਆ ਚਰਚਾ ਮਾ ਬਹੁਤ ਨੇ ਅਸਲ ਦੇ ਵਿੱਚ ਜੋ ਬਾਦਲ ਸਾਹਿਬ ਦਾ ਇੱਕ ਚਚੇਰਾ ਭਰਾ ਸੀ ਨਰੋਤਮ ਟਿੱਲੋ ਇੱਥੋਂ ਇਹ ਚਲੇ ਗਿਆ ਸਨ ਗੋਆ ਹਮ ਹਮ ਮਤਲਬ ਤੇ ਪਈਆਂ ਇਸੀ ਜੀ ਮੀਨ ਜਿਆਦਾ ਚੀਡੀ ਸੀ ਕਿ ਇੰਨਾ ਤੀ ਹੈਗੀ ਸੀ ਕਿ ਹੁਣ ਪਤਾ ਨਹੀਂ ਕਿੰਨੀ ਕੋ ਬਾਕੀ ਆ ਪਰ ਦੱਸਦੇ ਆ ਕਿ ਜ਼ਿਆਦਾਤਰ ਕਾਰੋਬਾਰੀ ਇਨਾਂ ਨੇ ਆਪਣਾ ਜਿਹੜਾ ਉੱਥੇ ਸ਼ਿਫਟ ਕਰ ਲਿਆ ਸੀ ਗੋਆ ਦੇ ਵਿੱਚ ਬੱਚੇ ਵੀ ਇਨਾਂ ਦੇ ਬਾਹਰ ਆੜਦੇ ਸੀ ਕਿਦਾਂ ਹੋ ਜਾਂਦਾ ਉਹ ਤੋਂ ਬੰਦ ਦੋ ਗ੍ਰਿਫਤਾਰੀਆਂ ਹੁੰਦੀਆਂ ਦੋਸ਼ ਇਹ ਲੱਗਦਾ ਕਿ ਇਨਸਟਾ ਤੇ ਪੇਸੇ ਕੁੜੀ ਦੇ ਨਾਲ ਦੋਸਤੀ ਹੋਈ ਹੂੰ ਉਹਨਾਂ ਨੂੰ ਹਮਣਦਾ ਇਹਨੇ ਸੱਦਾ ਦਿੱਤਾ ਸਿਕਾ ਉਥੇ ਇਹੇ ਪਹੁੰਚਿਆ ਜੀ ਇਹ ਥਿਉਰੀ ਇਹ ਚੱਲ ਰਹੀ ਆ ਕਿ ਦਰਅਸਲ ਇਹ ਬੋសារਦਾ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਗੂਣ ਕਿ ਕੋਈ ਬੰਦਾ ਫਸਾਇਆ ਉਹਨਾਂ ਨੂੰ ਲੱਗਿਆ ਧਾਂ ਲਾਉਣ ਦੇ ਪਹਿਲਾਂ ਵੀ ਸ਼ਹਿਰ ਹੁੰਨਗੇ ਤੇ ਉਹਨਾਂ ਨੇ ਜਦੋਂ ਇੱਥੇ ਵੇਖਿਆ ਕਿਦਾਂ ਲੱਗ ਸਕਦਾ ਫਿਰ ਇਹਨੂੰ ਮਾਰਿਆ ਨਰੁਤਮ ਢਿੱਲੂ ਨੂੰ ਕਿ ਉਸ ਤੋਂ ਬਾਅਦ ਪੋਰਚਨਰ ਗੱਡੀ ਸਮੇਤ ਉਹ 40-45 ਲੱਖ ਦਾ ਜਿਹੜਾ ਕੋਲ ਸਮਾਨ ਸੀ ਉਹ ਲੈ ਕੇ ਫਰਾਰ ਹੋ ਗਏ ਤੇ ਰਾਤ ਟ੍ਰੈਕਰ ਕਰਕੇ ਫੜੇ ਗਏ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਸਿਸਟਮ ਲੱਗੇ ਹੁੰਦੇ ਜੀਪੀਐਸ ਸਿਸਟਮ ਜੀ ਜੀ ਇੱਕ ਥਿਉਰੀ ਦਿੱਤੀ ਜਾ ਰਹੀ ਹੈ ਦੂਸਰੀ ਥਿਉਰੀ ਦੇ ਵਿੱਚ ਥੋੜਾ ਜਿਹਾ ਪੰਗਾ ਪਿਆ ਕਿ ਇਹਦੀ ਪੁਸ਼ਟੀ ਕੋਈ ਆਫੀਸ਼ੀਅਲੀ ਨਹੀਂ ਹੋ ਰਹੀ ਪਰ ਇਹ ਚਮਚਾਮ ਜ਼ਰੂਰ ਚੱਲ ਗਿਆ ਨੇ ਕਿ ਦਰਸਲ ਇਨਸਟਾ ਤੇ ਜਿਸ ਕੁੜੀ ਦੇ ਨਾਲ ਜਿਸ ਮਤਲਬ ਕਿ ਅਣਜਾਣ ਕੁੜੀ ਦੇ ਨਾਲ ਜਾਣ ਪਛਾਣ ਹੋਈ ਦੋਸਤੀ ਹੋਈ ਨਰੂਤਮ ਤਿਲੂਟੀ ਫਿਰ ਉਹਨੇ ਸਦਾ ਪੇ ਜਾ ਕੇ ਤੇ ਕੋ ਮਨਾ ਆ ਜਾਓ ਕਿਉਂਕਿ ਕੰਮੀ ਰਹਿੰਦੇ ਸੀਗੇ ਆਉਤੇ ਵਿਲਾਦੇ ਦੇ ਚਾ ਇਹ ਜਦੋਂ ਆਏ ਨੇ ਉਹਦੇ ਨਾਲ ਦਾ ਬੁਆਏਫ੍ਰੈਂਡ ਸੀਗਾ ਦੱਸਦੇ ਆ ਕਿ ਰਾਤ ਰੂਮ ਸ਼ੇਅਰ ਕਰਨ ਦਾ ਯਤਨ ਕੀਤਾ ਉਹ ਰਾਤ ਆ ਤੋਂ ਵੈਣ ਵਾਲੀ ਗੱਲ ਜਿੱਦਾਂ ਹੁੰਦੀ ਆ ਉਹ ਵੈਸਾ ਸ਼ੁਰੂਆਪ ਰਿਹਾ ਉਹ ਆਫੀਸ਼ੀਅਲੀ ਇਨ ਹਲਦੀ ਪੁਸ਼ਟੀ ਨਹੀਂ ਹੋਇਆ ਜੀ ਕਿਸੇ ਵੀ ਆਪਸ ਦਾ ਨਹੀਂ ਪਰ ਦੂਸਰੇ ਪਾਸਿਓਂ ਇਹ ਗੱਲ ਜਿਹੜੀ ਆ ਉੱਪਰ ਕੇ ਆ ਰਹੀ ਆ ਇਹ ਇੱਕ ਬੰਦਾ ਹੋਰ ਹੈ ਇਹਨਾਂ ਦੇ ਨਾਲ ਉਹਦੀ ਗ੍ਰਿਫਤਾਰੀ ਹੋਣੀ ਬਕਾਇਆ ਕਿਉਂਕਿ ਦੱਸਦੇ ਕਿ ਜਦੋਂ ਇਹਨਾਂ ਦੇ ਫੋਰਚੂਨਰ ਉਥੋਂ ਦਵੱਲੀ ਆ ਤਾਂ ਉਹ ਰਾਜ ਇਤਨੀ ਉਤਰ ਗਿਆ ਇਹਨਾਂ ਦੀ ਗ੍ਰਿਫਤਾਰੀ ਫਿਰ ਕਾ ਜਾ ਕੇ ਮਹਾਰਾਸ਼ਟਰ ਦੇ ਵਿੱਚ ਹੋਣਯੋਜਨਾ ਹੈ ਤੇ ਕੋਲ ਮਲਾ ਕੇ ਇਹ ਸਾਫ ਨਹੀਂ ਆ ਕਿ ਅਸਲ ਮਜਾ ਕੀ ਨਹੀਂ ਆ ਨੋਟਕਾ ਸੋਟ ਜਾ ਕੋਈ ਜਿਸ ਤਰ੍ਹਾਂ ਦੂਸਰਾ ਪੱਖ ਵੀ ਸਾਹਮਣੇ ਆ ਰਿਹਾ ਕਿ ਉਹ ਜਿਹੜੀ ਕੁੜੀ ਨੂੰ ਸੱਦਾਇਆ ਗਿਆ ਤੇ ਉਹ ਖਾਦਾ ਪੀਤਾ ਮੌਜ ਮਸਤੀ ਕੀਤੀ ਤੇ ਉਸ ਤੋਂ ਬਾਅਦ ਰਾਤ ਨੂੰ ਕੁਝ ਐਸਾ ਵੈਸਾ ਵਾਪਰਿਆ ਜਿਹਦੇ ਕਰਕੇ ਤੈਸ਼ ਦੇ ਵਿਚ ਆ ਕੇ ਉਹਨਾਂ ਨੇ ਕਤਲ ਕਰ ਹੂੰ ਤੇ ਮਿੰਟੂ ਜੀ ਪੰਜਾਬ ਦੇ ਕਿਹੜੇ ਚਰਚਿਤ ਚੇਅਰਮੈਨ ਨੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਜਦੋਂ ਉਹ ਆਏ ਸਨ ਉਦੋਂ ਵੀ ਬੜੇ ਚਰਚਿਤ ਸੀਗੇ ਜਦੋਂ ਗਏ ਹੁਣ ਉਦੋਂ ਵੀ ਚਰਚਿਤ ਨੇ ਦਰਸੰਗ ਕੀ ਹੈ ਕਿ ਰੇਰਾਪੁਰ ਵਿੱਚ ਤਾਂ ਉਹਨਾਂ ਬਤਾਇਆ ਕਿ ਕਨਯੁਕਤੀ ਹੋਈ ਸੀ ਕਿ ਉਸਵੇ ਨੇ ਬਹੁਤ ਜ਼ਿਆਦਾ ਰੌਲਾ ਪਿਆ ਸੀਗਾ ਜੀ ਰੀਅਲ ਅਰ ਮਤਲਬ ਕਿ ਅਨ ਅਸਟੇਟ ਰੈਗੂਲੇਟਰੀ ਅਥਾਰਟੀ ਉਸ ਨੂੰ ਕਹ ਦਿੰਦੇ ਆ ਤੇ ਇਹਦੇ ਵਿੱਚ ਇਹਨਾਂ ਨੇ ਲਿਆਂਦਾ ਸੀਗਾ ਸੇਵਾਮੁਕਤ ਆਈਐਸ ਸੰਤੇਆ ਗੋਪਾਲ ਇਹ ਦਿੱਲੀ ਤੋਂ ਆ ਜੀ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਇਹ ਇੱਕ ਬਹੁਤ ਮਲਾਈਦਾਰ ਪੋਸਟ ਸੀ ਹੂੰ ਹੂੰ ਕਿ ਰੀਅਲ ਅਸਟੇਟ ਦਾ ਕਾਰਵਰ ਤੁਹਾਨੂੰ ਪਤਾ ਹੀ ਹੈ ਜੀ ਉਹ ਜ਼ਬਰਦਸਤ ਹੁੰਦਾ ਤਾਂ ਹੁਣ ਇਹਨਾਂ ਦੀ ਅਚਾਨਕ ਅਚਨਚੇਤ ਤੈ ਬਦਾਈ ਕੀ ਚੜੀ ਹੋ ਗਈ ਆ ਇਹਦੇ ਤੇ ਕਾਫੀ ਜਾ ਲੋਕੰਦੰਤ ਕਥਾ ਮ ਜੁੜ ਰਹੀਆਂ ਨੇ ਕਿ ਸ਼ਾਇਦ ਕੁਝ ਐਸਾ ਵੈਸਾ ਹੋ ਆ ਪਰ ਗਿਆ ਜਾਂ ਪੰਜਾਬ ਸਰਕਾਰ ਨਾਲ ਕੋਈ ਸੀ ਜਾਂ ਪੰਜਾਬ ਸਰਕਾਰ ਦੇ ਕਿ ਤੜਾ ਨਾਲ ਕੋਈ ਸੀ ਮਤਲਬ ਕਿ ਇਹ ਸ਼ਾਮੀ ਅਸਤੀਫਾ ਹੈ ਦੰਦ ਕਥਾ ਮ ਬਹੁਤ ਸਾਰੀਆਂ ਚਾਲ ਰਹੀਆਂ ਨੇ ਪਾਸਾਂ ਇੰਦੇ ਮੇ ਐਸੇ ਵੀ ਉਦੋਂ ਤੇ ਬਹੁਤ ਵਿਵਾਦ ਹੋਇਆ ਪਰ ਜਦੋਂ ਇਹ ਗਏ ਨੇ ਤਾਂ ਇਹਨਾਂ ਦੀ ਜਿਹੜੀ ਰੁਖਸਤੀ ਹੋਈ ਆ ਉਦੋਂ ਵੀ ਚਰਚਾਵਾਂ ਨੇ ਕਿ ਕੀ ਕਾਰਨ ਦਾ ਕਹੇ ਆ ਹਾਲਾਂਕਿ ਇਹਨਾਂ ਦਾ ਤਾਂ ਵੈਸੇ ਮਵਾਦਾ ਦੇ ਨਾਲ ਪੁਰਾਣਾ ਹੀ ਅਸੀਂ ਤਾਂ ਇਹ ਦੇ ਵਿੱਚ ਤਰਕੂ ਸ਼ਾਕਾ ਦਾ ਗਿਆ ਜਦੋਂ ਇਹ ਤਮਨ ਕੇ ਤਾਦਰਾ ਤੇ 2011 ਦੇ ਵਿੱਚ ਪ੍ਰਬੰਧਕ ਸਨ ਉਦੋਂ ਵੀ ਮਵਾਦਾ ਚ ਕਿਹਾ ਗਿਆ ਸੀ ਜੀ ਕਿ ਤਤਕਾਨੀ ਸੰਸਦ ਮੈਂਬਰ ਮਾਤੂ ਭਾਈ ਪਟੇਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਟੈਨਿੰਗ ਕਮੇਟੀ ਵਿੱਚ ਸੱਤਿਆ ਗੋਪਾਲ ਦੀ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੇ ਪ੍ਰਬੰਧ ਕਿਵੇਂ ਨਹੀਂ ਮਆ ਕੀਤੀ ਆ ਜੀ ਜੀ ਸਾਈਂ ਦਾਬਾ ਨੇ ਪਰ ਤਬਦੀ ਦੇ ਜਾਣੇ ਜਾਂਦੇ ਆ ਵੈਸੇ ਫਿਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਆਰਵਿੰਦ ਕੇਜਰੀ ਵਾਲ ਉਹਨਾਂ ਦੇ ਮਿੱਤਰ ਬਣ ਗਏ ਜੀ ਸੱਤਿਆ ਗੋਪਾਲ ਜੀ ਤੋਂ ਔਰ ਨਾਚਲ ਪ੍ਰਦੇਸ਼ ਦੇ ਵਿੱਚ ਜੋ ਮੁੱਖ ਸਕੱਤਰ ਵਜੋਂ ਤੇ ਨਾ ਸੰਤਾ ਉਹਨਾਂ ਨੇ ਪਾ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਸੀ ਜਿਸ ਨੂੰ ਲੈ ਕੇ ਉਦੋਂ ਕਾਂਗਰਸ ਦਾ ਉਹਨਾਂ ਤੇ ਬਹੁਤ ਨਿਚਾਨਾ ਐ ਐਸੀ ਸੀ ਮਤਲਬ ਕਿ ਇਹਨਾਂ ਦਾ ਸਾਰਾ ਕੈਰੀਅਰ ਦੇਖੋਗੇ ਜਾਂ ਸਾਰਾ ਪਿਸ਼ੋਕੜ ਦੇਖੋਗੇ ਇਹ ਤਾਂ ਬਾਤਾਂ ਨਾ ਹੀ ਕਰਿਆ ਜੀ ਇਹ ਕਾ ਤਲਕੀ ਚ ਵੀ ਆ ਜਾਂਦੇ ਆ ਔਰ ਨਾਚਲ ਦੇ ਵਿੱਚ ਸਰਵਿਸ ਦੇ ਦੌਰਾਨ ਜਿਹੜੇ ਤਤ ਕਨ ਨਹੀਂ ਡੀਜੀਪੀ ਸੀਗੇ ਸ਼ਹਿਰ ਉਹਨਾਂ ਦਾ ਨਾਮ ਜਿਵੇਂ ਮੈਂ ਭੁੱਲਦਾ ਨਹੀਂ ਤਾਂ ਐਸਬੀਕੇ ਸਿੰਘ ਸੀਗਾ ਉਹਨਾਂ ਦੇ ਯਾਰ ਵੀ ਇੱਕ ਬਹੁਤ ਝਲੜਾ ਹੋਇਆ ਸੀਗਾ ਜੀ ਤਾਂ ਇਹ ਉਹ ਜਿਹੜੇ ਨੂੰ ਲੱਭ ਕੇ ਕੋਹਨ ਨੂਰ ਹੀ ਜਿਹੀ ਤਰ੍ਹਾਂ ਇਹਨਾਂ ਨੇ ਲੱਭ ਕੇ ਬਿਆਕੇ ਪੰਜਾਬ ਵੀ ਛੋੜ ਨਹੀਂ ਪਾਤੇ ਇਹ ਵਾਪਸ ਕਿਉਂ ਖਿੱਚ ਲਿਆ ਇਹ ਗੱਲ ਤੇ ਹੁਣ ਮੈਨੂੰ ਕੋਈ ਪਰਦੇ ਦੀ ਆ ਇਹ ਦੱਸ ਨਹੀਂ ਚਾਹੁੰਦੀ ਐ ਇੰਡਾ ਨਾਇਬ ਹੀਰਾ ਲੱਭ ਕੇ ਤੇ ਤੁਸੀਂ ਵਾਪਸ ਕਿਉਂ ਲੈ ਰਹੇ ਹੋ ਅਰਜਤੂ ਦਿੱਲੀ ਵਾਲਿਓ ਜੀ ਜੀ ਮਿਟਰੀ CBI ਕੋਰਟ ਨੇ ਸਾਬਕਾ DSP ਰਾਕਾ ਨੂੰ 6 ਸਾਲ ਦੀ ਕੈਦ ਸਜ਼ਾ ਲਾ ਦਿੱਤੀ ਆ ਕੀ ਵੇਰਵਾ ਜੀ ਨਾ ਤੋ ਇੰਨ ਲੱਗਦਾ ਕਿ ਇਹ ਕੋਈ ਬੜਾ ਖਤਰਨਾਕ ਜਾਂ ਬੜਾ ਰੋਬਦਾਰ ਜਾਂ ਕੋਈ DSP ਹੋਏਗਾ ਅਸਲ ਤੇ ਕੀ LDR ਆ ਹੋ اچھا ਜੀ ਬਤਾ ਗੇਰਾ ਹਾਂ ਜੀ ਅਸਲ ਤੇ ਇਹ ਕਿ ਇਹਦਾ ਪਤੀ ਜਿਹੜਾ ਸੀਗਾ ਉਹਦੀ ਔਨ ਡਿਊਟੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਸੀ ਇਹ ਬੜਾ ਹਾਈ ਪ੍ਰੋਫਾਈਲ ਮਾਮਲਾ ਹੈ ਜੇ ਆਪਾਂ ਇਹਦੇ ਪਿਛੋਕੜ ਦੇ ਵਿੱਚ ਜਾਈਏ ਤਾਂ CBI ਨੇ ਇੱਕ ਰੇਡ ਕੀਤੀ ਸੀ ਕਿ ਉਸ ਵੇਲੇ ਜਦੋਂ ਇਹ ਕ ਬਿਲਡਰ ਨੇ ਸਕੈਨ ਕੀਤੀ ਸੀ ਇਹ ਸਾਲ ਸੀਗਾ 2011 ਦਾ ਤੇ ਤਰੀਕ ਸੀ 25 ਜੁਲਾਈ ਹੂੰ ਹੂੰ ਉਸ ਵੇਲੇ ਸੀਗਾ ਕਿ ਇਹਦੇ ਕਾਰ ਦੇ ਵਿੱਚ ਜਦੋਂ ਛਾਪੇਮਾਰੀ ਹੋਈ ਤਾਂ AK47 ਦੇ ਕੁਝ ਕਾਰਤੂਸ ਮਿਲਦੇ ਸਨ ਜਰਮਨ ਬ੍ਰੈਂਡ ਇੱਕ ਰਵਲਵਰ ਡਬਲ ਬੈਰਲ ਗਨ ਇਹ ਅਸਲਾ ਕਾਰਤੂਸ ਜੋ ਵੀ ਮਿਲੇ ਇਹਨਾਂ ਦਾ ਕੇਸ ਅੱਡ ਤੌਰ ਤੇ ਚੱਲਿਆ ਫਿਰ ਉਹਦੇ ਚ ਸਜ਼ਾ ਹੋ ਗਈ ਸੀ ਰਾ ਕਾ ਗੇਰਾ ਨੂੰ ਤੇ ਉਹ ਉੱਤੋਂ ਜਾ ਕੇ ਬਰੀ ਹੋ ਗਈ ਸੀ ਸੈਸ਼ਨ ਕੋਰਟ ਚ ਤਾਂ ਦੂਸਰਾ ਕੇਸ ਇਨਸੀਡੈਂਸੀ ਦਾ ਕਿ ਮਨਵੋਤਰਾ ਨਾਲ ਦੇ ਇੱਕ ਬਿਲਡਰ ਨੇ ਜਨੇ ਤਰਮੂਲਾਪੁਰ ਵਾਲੀ ਸਾਈਡ ਜ਼ਮੀਨ ਲਈ ਸੀ ਹੂੰ ਤਾਂ ਉਹਦਾ ਦੋਸ਼ ਸੀਗਾ ਕਿ ਉਹਨੂੰ ਕੇ ਸਾਥੇ ਸ਼ਿਕਾਇਤਾਂ ਚ ਉਲਝਾ ਕੇ ਇਹਨੇ ਸੈਟਿੰਗ ਕਰਨ ਦਾ ਯਤਨ ਕੀਤਾ ਸੀ ਜੀ ਇਹ ਸ਼ਿਕਾਇਤ ਹੋ ਗਈ ਤੁਹਾਨੂੰ ਪਤਾ ਨਾ ਸੀ ਰਹੀ ਰਿਸ਼ਵਤ ਕੇਸਾ ਦੇ ਵਿੱਚ ਹੀ ਆ ਜਾਂਦੀ ਹੈ ਜੀ ਅੱਛਾ ਜਦੋਂ ਛਾਪੇ ਮਾਰੀ ਗਈ ਉਹ ਸਾਰਾ ਕੁਝ ਹੋਇਆ ਚਲੋ ਇਹਦੇ ਤੇ ਕੇਸ ਬਣ ਗਿਆ ਕਮਾਲ ਦੀ ਗੱਲ ਨਹੀਂ ਹੈ ਕਿ ਜਿਹੜਾ ਸ਼ਿਕਾਇਤ ਕਰਤਾ ਸੀਗਾ ਵੀ ਜੇ ਉਹ ਬਾਅਦ ਚ ਮੁਕਰ ਗਿਆ ਹੈ ਹੂੰ ਬਾਤ ਇਹ ਮੁੱਕ ਗਿਆ ਉਹ ਮੁਕਰ ਗਿਆ ਪਰ ਅਸੀਂ ਵੀ ਆ ਗਏ ਕਿ ਆ ਕਿ ਜਾਤਾ ਕਹਾ ਹੈ ਕੋਈ ਗੱਲ ਨਹੀਂ ਹੈ ਕਿ ਐ ਕਿ ਸ਼ਿਕਾਇਤ ਕਰਤਾ ਦੇ ਨਾਲ ਰਿਸ਼ਵਤ ਮੰਗਣ ਦੀ ਜਿਹੜੀ ਗੱਲਬਾਤ ਹੋਈ ਸੀ ਉਹਦੀ ਟ੍ਰਾਂਸਕ੍ਰਿਪਟ ਤੇ ਫੋਟੋ ਜਿਹੜੀਆਂ ਸਾਡੇ ਕੋਲ ਹੈ ਨਹੀਂ ਅਸੀਂ ਰੱਖੀ ਆ ਜੀ ਤਾਂ ਉਹਦਾ ਆਰਥਿਕ ਜਿਹੜੇ ਸਬੂਤ ਉਹਨਾਂ ਨੇ ਇਕੱਠੇ ਕੀਤੇ ਸੀ ਇਕੱਤਰ ਕੀਤੇ ਸੀਗੇ ਉਹਦਾ ਸਾਰਾ ਜਿਹੜਾ ਤਾਣਾ ਬਾਣਾ ਸੀਗਾ ਟ੍ਰਾਈ ਕੋਰਟ ਦੇ ਵਿੱਚ ਰੱਖਿਆ ਗਿਆ ਉਹਨੂੰ ਮੰਨਿਆ ਗਿਆ ਸੱਚ ਪ੍ਰਮਾਣਿਤ ਮੰਨਿਆ ਗਿਆ ਹੂੰ ਹੂੰ ਤਾਂ ਬਰਹਾਨ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀਗਾ ਬੀਬੀ ਨੂੰ ਪਰਸੋਂ ਅੱਜ ਸਜ਼ਾ ਸੁਣਾ ਦਿੱਤੀਆ ਸਜ਼ਾ ਜਿਹੜੀ ਆ ਉਹ 6 ਸਾਲ ਦੀ ਹੋਈਆਂ ਨਾਲ ਜੁਰਮਾਨਾ ਵੀ ਲਾਇਆ ਗਿਆ ਚੋਖਾ ਜੁਰਮਾਨਾ ਲਾਇਆ ਗਿਆ ਸ਼ਾਇਦ 2 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਹ ਮਾਮਲਾ ਹੈ ਮਰਾਕਾ ਕਿਰਾ ਜਿੰਨੀ ਜਲਦੀ ਚੜੀ ਸੀਗੀ ਬਹੁਤ ਮਤਲਬ ਕਿ ਚੜਾਈ ਸੀ ਕਿਸੇ ਸਮੇਂ ਇਹਦੀ ਉਸ ਸਮੇਂ ਕੁ ਮੇ ਤੇ ਵਿੱਚ ਉਉਨੀ ਜੰਦੀ ਕੰਮ ਜਿਹੜਾ ਸਾਰਾ ਮਿੱਟੀ ਹੋ ਗਿਆ سزا ਹੋ ਗਈ ਹੈ 6 ਸਾਲ سزا ਵੀ ਬਹੁਤ ਠੋਕਵੀਂ سزا ਕੀਤੀ ਹੈ ਤਾਂ سزا ਵੀ ਸੀਵੀਅਰੀ ਕੋਚੋਂ ਹੋ ਗਿਆ ਉਹਨਾਂ ਦਾ ਕੋਈ ਕਦੋਂ ਰਾਹਤ ਮਿਲਦੀ ਆ ਸਾਰਾ ਕੈਰੀਅਰ ਦਾ ਖਤਮ ਹੋ ਗਿਆ ਤੇ ਮਿੰਟੂ ਜੀ ਹਰਿਆਣੇ ਦੇ ਵਿੱਚ ਹਿਲਜੁਲ ਹੋਈ ਹੈ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਕੀ ਅਪਡੇਟ ਹੈ ਜੀ ਦੇਖੋ ਕਿੱਥੇ ਰੁਕਦੇ ਆ ਅੱਗੇ ਵੀ ਇਹਨਾਂ ਨੇ ਬਹੁਤ ਪੱਤਰ-ਪੱਤਰ ਲਾਏ ਸੀ ਜਦੋਂ ਇਹ ਕਿੱਥੇ ਰੁਕਦੇ ਆ ਜਦੋਂ ਇਹਨਾਂ ਨੇ ਟਰੈਕਟਰਾਂ ਨੂੰ ਦਿੱਤੀਆਂ ਰੇਸਾਂ ਸਾਇਲੈਂਸਰਾਂ ਥਾਣੇ ਨਿਕਲਣ ਤੋਂ ਇਹ ਉਤੋਂ ਵੱਜੀਆ ਚੰਗਿਆੜਾ ਇਰਕਰੇ ਬਾਰੇ ਗੀਟ ਤੇ ਕੀ ਕੋਸ਼ਿਸ਼ ਪਰ ਗੰਨਿਆ ਕਿ ਪ੍ਰਮੰਤ ਇਸ ਕਰਕੇ ਕੀਤੇ ਜਾ ਰਹੇ ਆ ਕਿ ਉਥੇ ਜਾ ਕੇ ਅੱਗੇ ਵਾਲਾ ਮਾਹੌਲ ਨਾ ਬਣ ਜਾਵੇ ਕਿਉਂਕਿ ਮਾਹੌਲ ਗਾ ਇਲੈਕਸ਼ਨ ਵਾਲਾ ਬਣ ਗਿਆ ਨਾ ਜੀ ਇਹ ਜੇ ਉਸੇ ਤਰ੍ਹਾਂ ਦਾ ਅੰਦੋਲਨ ਵੈਸੇ ਤੇ ਨਾ ਮੈਂ ਕਿਸਾਨ ਜਥੇਬੰਦੀਆਂ ਦੀ ਟਾਈਮਿੰਗ ਤੋਂ ਹਰਾਨ ਆ ਤੇ ਹੁਣ ਤੁਸੀਂ ਮੁਲਕ ਨੂੰ ਲਾ ਕੇ ਪਿੱਛੇ ਉਧਰ ਨੂੰ ਪਚੋਗੇ ਕਰੋਗੇ ਤੇ ਜਦੋਂ ਮਾਡਲ ਕੋਡ ਆਫ ਕੰਡਕਟ ਪਤਾ ਆ ਮल्लू ਚਾਰ ਦਿਨਾਂ ਨੂੰ ਜੇ ਪਤਾ ਲੱਗਿਆ ਤਾਂ ਮੋਦੀ ਸਾਹਿਬ ਹੋ ਗਈ ਹੋ ਸਕਦੇ ਚੋਰ ਕਮਿਸ਼ਨ ਨੂੰ ਕਹਿੰਦੇ ਕਿ ਜਲਦੀ ਚੱਕ ਦਿਓ ਜੀ ਜੀ ਕੋਡ ਆ ਕੰਡਕਟ ਆ ਗਿਆ ਤੋ ਤਾਂ ਕਹਿਣ ਕਿ ਹੌਣ ਸਾਡੇ ਤਾਂ ਗੇਰ ਹੀ ਨਿਕਲ ਕੇ ਜੀ ਅਸੀਂ ਕੀ ਕਰਾਂਗੇ ਜੀ ਸਾਡੇ ਕੋਲ ਤਾਂ ਪਾਵਰ ਹੀ ਹੈ ਬੈਠੇ ਰਹੋ ਤੁਸੀਂ ਚਾਰ ਪੰਜ ਮਹੀਨੇ ਅਰੇਸਟ ਕਰੋ ਫਿਰ ਸਾਨੂੰ ਜਿਤਾਓ ਤੁਸੀਂ ਫਿਰ ਅਸੀਂ ਪਾਵਰ ਚਾਹਾਂਗੇ ਕਿ ਆਪਾਂ ਮਸਲਾ ਬੈਠ ਕੇ ਹੱਲ ਕਰਾਂਗੇ ਹਮ ਤੇ ਵੀ ਕਾਸੀ ਸਵਾਲ ਨੇ ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਸੋਨੀਪੱਤ ਦੇ ਵਿੱਚ 144 ਲਾ ਦਿੱਤੀ ਗਈ ਆ ਤੇ ਦੱਸ ਪਿਆ ਕਿ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਪ੍ਰਕਾਰ ਦਾ ਪੋਸਟਰ ਮੀਟਿੰਗ ਫੈਦਰ ਟਰੈਕਟਰ ਟਰਾਲ ਮੇਜਾ ਜਿਹੜਾ ਕੋਈ ਜਨ ਸਾਂਝ ਨੂੰ ਸਿਆ ਉਹਦਾ ਸਾਰੀਆਂ ਚੀਜ਼ਾਂ ਰੋਕੰਦ ਕਰ ਦੇ ਤਾਂ ਕਿ ਸੋਨੀਪਟ ਜਿਹੜਾ ਤੁਹਾਨੂੰ ਪਤਾ ਹੀ ਹੈ ਬਹੁਤ ਮਹੱਤਵਪੂਰਨ ਹੈ ਜੀ ਇਹ ਦੋ ਲਾਡੂ ਦਾ ਫਿਰ ਉਹ ਸਿੰਗੂ ਬਾਰਡਰ ਤੇ ਪਹੁੰਚੇ ਸੀਗੇ ਤਾਂ ਬਰਹਾਲ ਉੱਥੇ ਮੀਟਿੰਗਾਂ ਦਾ سلسلہ جاری ਆ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਹਰਿਆਣੇ ਦੀ ਪੁਨਸ ਇਹਨਾਂ ਨੂੰ ਰੁਕ ਲਵੇਗੀ ਜਾ ਇਹ ਅੱਗੇ ਵਾਂਗੂ ਸ਼ੋਕਦੇ ਜਾਣਗੇ ਅੱਗੇ ਆਪਾਂ ਦੇਖਿਆ ਐਤਕੀ ਦੀ ਹੋ ਗਈ ਬਾਤ ਬਾਪੇ ਦਾ ਪੰਜਾਬ ਸਰਕਾਰ ਨੇ ਤਾਂ ਡਕਣਾ ਨਹੀਂ ਹੂੰ ਹੂੰ ਤਾਂ ਤਿੰਨ ਮਾਡਲ ਅੱਛਾ ਹੈ ਉਹ ਆਪਾਂ ਦੇਖ ਲਈਏ ਉਧਰ ਲਾ ਸ਼ੰਭੂ ਮਾਡਲ ਹੋਵੇ ਫਿਰ ਖਨੌਰੀ ਵਾਲਾ ਆ ਗਿਆ ਤੇ ਫਿਰ ਆ ਸਾਡੇ ਕਿਡਾਂ ਵਾਲਾ ਗਿਆ ਡਬਲ ਵਾਲਾ ਜੀ ਤਾਂ ਇਹ ਤਿੰਨੇ ਮਾਡਲ ਇਸ ਤਰ੍ਹਾਂ ਦੇ ਮੋਰ ਇੱਥੋਂ ਜਸਾਨ ਪੁੱਛ ਕਰਨਗੇ ਮਰ ਕਿੰਨੀ ਗਿਣਤੀ ਚੋਂਗੇ ਕਿਉਂਕਿ ਐਤਕੀ ਦੁਹਾੜ ਨੇ ਹੂੰ ਜਸਾਨ ਆਬੂ ਦੁਹਾੜ ਨੇ ਦੋ ਦੜੇ ਬਣ ਕੇ ਐਸ ਕੇਮ ਇਕ ਤਾਂ ਰਾਜਨੀਤਿਕ ਇਕ ਲਿਆ ਰਾਜਨੀਤਿਕ ਰਾਜਵਾਲ ਖਰੀਤੇ ਜਿਹੜੇ ਰਾਜਵਾਲ ਹੋਰੀ ਤਾਂ ਰਹਿ ਕੇ ਅਲੱਗ ਤੇ ਦੂਸਰੇ ਜਿਹੜੇ ਉਹ ਅਲੱਗਾ ਤਾਂ ਹੁਣ ਇਹ ਦੇਖਣਾ ਹੋਇਆ ਕਿ ਇੱਕ ਤਾਂ ਕਿ ਕਿੰਨਾ ਕੋ ਕਿਸਾਨਾਂ ਦਾ ਇਕੱਠ ਜਿਹੜਾ ਉਹ ਮੁੱਦ ਹਕੂਚ ਕਰਦਾ ਤੇ ਦੂਸਰੀ ਚੀਜ਼ ਇਹ ਕਿ ਹਰਿਆਣੇ ਵਾਲੇ ਪਿਛਲੀ ਵਾਰ ਦੇ ਸਵਕ ਤੋਂ ਐਨਕੀ ਅੱਗੇ ਵਧਿਆ ਹੋਆ ਉਹ ਐਸਾ ਪੋਸਟ ਦਲ ਚੋਕਨ ਕਿ ਐਸਾ ਉਪਰਾਲਾ ਪੈਣਾ ਨੇ ਕਿ ਕੀ ਇਹਨਾਂ ਨੂੰ ਹਰਿਆਣੇ ਚ ਯੋਗ ਦਿੱਤਾ ਜਾਵੇ ਦਿੱਲੀ ਦੀਆਂ ਹਰੂਪਾਂ ਤੱਕ ਪਹੁੰਚਣੇ ਲਾ ਦਿੱਤਾ ਜਾਵੇ ਤਾਂ ਕਿ ਮੋਦੀ ਸਾਹਿਬ ਆਸਤੇ ਗੁਜਰਾਤ ਲੋਬੀ ਵਾਸਤੇ ਪਟੀ ਸੌਸ਼ਯ ਉਪਨਾ ਹੋਵੇ ਜੀ ਮਿੰਟੂ ਜੀ ਨਿਤਿਨ ਗੜਕਰੀ ਨੇ ਕਿਹਾ ਵੀ ਚੰਗਾ ਕੰਮ ਕਰਨ ਵਾਲੇ ਨੂੰ ਸਨਮਾਨ ਨਹੀਂ ਮਿਲਦਾ ਹੈ ਦੇਖੋ ਇਹਨਾਂ ਦੀਆਂ ਗੱਲਾਂ ਵੀ ਅੱਜ ਕੱਲ ਨਾ ਜਿਵੇਂ ਇੱਥੇ ਕੁਝ ਲੋਕ ਕੋਚਿੰਗ ਸੈਂਟਰ ਚਲਾਉਂਦੇ ਨੇ ਕਾਫੀ ਫੇਮਸ ਨੇ ਉਹ ਤੇ ਉਤਿਆਰੀ ਕਰਾਉਂਦੇ ਯੂਪੀਐਸਸੀ ਵਗੈਰਾ ਦੇ ਤਾਂ ਉਹਨਾਂ ਦੇ ਲੈਕਚਰਾਂ ਦੀਆਂ ਨਾ ਕਈ ਕਲਿੱਪਸ ਜਿਹੜੀਆਂ ਵਾਇਰਲ ਹੁੰਦੀਆਂ ਨੇ ਜੀ 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 ਹਾਕਰੀ ਸਾਹਿਬ ਦੇ ਭਾਸ਼ਣਾਂ ਦੀਆਂ ਵੀ ਅੱਜਕੱਲ ਰੀਲਾ ਬਣਦੀਆਂ ਨੇ ਖੈਰ ਗੱਲ ਇਹ ਹੈ ਕਿ ਇਹ ਜਦੋਂ ਵੀ ਇਲੈਕਸ਼ਨ ਆਉਦਾ ਨਾ ਚਾਹੇ 19 ਵਾਲਾ ਚੌਕੇ ਵੇਖ ਲਓ ਉਦੋਂ ਵੀ ਇਹਨਾਂ ਨੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਨਰਿੰਦਰ ਮੋਦੀ ਉਰਾਂ ਵੱਲ ਤੀਰ ਜ਼ਰੂਰ ਛੱਡੇ ਸੀਗੇ ਇਹ ਸਮਝਣਾ ਨੂੰ ਪਤਾ ਹੈ ਕਿ ਸੰਗ ਦੇ ਵੱਡੇ ਚਿਹਰੇ ਇਹ ਹੀ ਨੇ ਹਾਲਾਂਕਿ ਅੱਜਕੱਲ ਆਪਾਂ ਦੇਖ ਸਕਦੇ ਹਾਂ ਕਿ ਮੋਦੀ ਸਾਹਿਬ ਸੰਗ ਤੋਂ ਵੀ ਕੰਦ ਕੱਢ ਗਏ ਨੇ ਇਹ ਵੀ ਇੱਕ ਸੱਚ ਆ ਹਾਲਾਂਕਿ ਨਿਤਨ ਗੜਕਰੀ ਨੇ ਜਿਹੜੀ ਗੱਲ ਕਹੀ ਆ ਮੈਨੂੰ ਲੱਗਦਾ ਹੈ ਕਿ ਉਹ ਕੋਈ ਸਚਾਈ ਤੋਂ ਇਹ ਨਹੀਂ ਹੈ ਕਿ ਬਹੁਤ ਪਰੇ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਮਜ਼ਾਕ ਨਾਲ ਕਹਿਣਾ ਹੁੰਦਾ ਕਿ ਚਾਹੇ ਕੋਈ ਵੀ ਪਾਰਟੀ ਦੀ ਸਰਕਾਰ ਬਣ ਜਾਵੇ ਜੀ ਇੱਕ ਗੱਲ ਤੈ ਹੈ ਕਿ ਜੋ ਚੰਗਾ ਕੰਮ ਕਰਦਾ ਆ ਉਹਨੂੰ ਕਦੇ ਸਨਮਾਨ ਨਹੀਂ ਮਿਲਦਾ ਤੇ ਜਿਹੜਾ ਬੁਰਾ ਕੰਮ ਕਰਦਾ ਉਹਨੂੰ ਕਦੇ ਸਜ਼ਾ ਨਹੀਂ ਮਿਲਦੀ ਹੋ ਗਈ ਨਾ ਇੱਕ ਫਿਲਾਸਫੀ ਵੀ ਵਿੱਚ ਇਹ ਜੋ ਚੰਗਾ ਕੰਮ ਕਰਦਾ ਉਹਨੂੰ ਸਨਮਾਨ ਨਹੀਂ ਮਿਲਦਾ ਤੇ ਜੋ ਬੁਰਾ ਕਰਦਾ ਉਹਨੂੰ ਸਜ਼ਾ ਨਹੀਂ ਮਿਲਦੀ ਹੁਣ ਕਿੱਧਰ ਗੱਲ ਕਰ ਪਹਮਾਰੇ ਨੇ ਤਾਂ ਉਹਦੀ ਵੀ ਇਹਨਾਂ ਨੇ ਗਾ ਥੋੜੀ ਜੀ ਹਾਂ ਕੁੰਡੀ ਖੋਲੀ ਆ ਇਹ ਕਹਿੰਦੇ ਆ ਕਿ ਬਈ ਜੋ ਅਫਸਰਵਾਦੀ ਰਾਜਨੀਤਿਕਾ ਨੇ ਜਿਵੇਂ ਆਪਾਂ ਪੰਜਾਬੀ ਚ ਉਹਨਾਂ ਨੂੰ ਮੌਕਾ ਪ੍ਰਸਤ ਕਰ ਦਿੰਦੇ ਆ ਇਹਨਾਂ ਦੀ ਜਿਹੜੀ ਨੈਤਿਕ ਗਰਾਵਟ ਆ ਉਹ ਲੋਕਤੰਤਰ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ ਹੈ ਹਮ ਮਤਲਬ ਕਿ ਜੋ ਵਿਚਾਰਧਾਰਾ ਚ ਗਰਾਵਟ ਹੈ ਜੋ ਇੱਕ ਰਾਜਨੀਤੀ ਚ ਮਿਲਾਵਟ ਹੋ ਗਈ ਹੈ ਉਹ ਕਿਤੇ ਵੱਲ ਨਿਸ਼ਾਨਾ ਹੈ ਜੀ ਅੱਜਕੱਲ ਗਰਾਵਟ ਤੇ ਮਿਲਾਵਟ ਕਿੱਥੇ ਆ ਮਤਲਬ ਕੋਈ ਕਿਤੋਂ ਚੱਕਿਆ ਕੋਈ ਕਿਤੋਂ ਚੱਕਿਆ ਹਿੰਮਤ ਵਿਸ਼ਵਾ ਸਰਮਾ ਲਾਲੋ ਫਲਾਣਾ ਲਾਲੋ ਅਜੀਤ ਪਵਾਰ ਲਾਲੋ ਸਵਿੰਦੂ ਇਹ ਕੌਣ ਸਨ ਜੀ ਜੀ ਤਾਂ ਉਹ ਵੀ ਲਾਈਕ ਦਾ ਸਾਇਕੀਆ ਦੂਸਰੇ ਪਾਸੇ ਇੱਕ ਇੰਟਰਸਟਿੰਗ ਗੱਲ ਜਿਹੜੀ ਇਹਨਾਂ ਨੇ ਕਹੀ ਆ ਉਹ ਇਹ ਹੈ ਕਿ ਚਾਹੇ ਕਾਮਰੇਡ ਹੋਣ ਚਾਹੇ ਵਾਮ ਪੰਤੀ ਯਾਨੀ ਦੱਖਣ ਪੰਤੇ ਪੰਤੀ ਕੋਈ ਵੀ ਹੋਵੇ ਕਿ ਇਹ ਜਿਹੜਾ ਫਾਰਮੂਲਾ ਅੱਜ ਚੱਲ ਪਿਆ ਕਿ ਕਿਸੇ ਤਰੀਕੇ ਨਾਲ ਸੱਤਾ ਦੇ ਨੇੜੇ ਰਹਿਣਾ ਇਹ ਬਹੁਤ ਖਤਰਨਾਕ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦਾਂ ਚ ਭਾਰਤ ਲੋਕਤੰਤਰ ਦੀ ਜਨਨੀ ਹੈ ਮਤਲਬ ਕਿ ਮਦਰ ਆਫ ਡੈਮੋਕਰੇਸੀ ਤੇ ਨਾਲ ਉਹਨਾਂ ਨੇ ਲਾਲੂ ਯਾਦਵ ਤੇ ਕਰਪੂਰੀ ਠਾਕਰ ਦੀ ਤਾਰੀਫ਼ ਵੀ ਕਰ ਦਿੱਤੀ ਤੇ ਲਾਲੂ ਯਾਦਵ ਅੱਜਕੱਲ ਕਿਹਦੇ ਨਿਸ਼ਾਨੇ ਤੇ ਆ ਜ਼ਾਰਾ ਜੀ ਗੰਹਿਆ ਕਿ ਮੋਦੀ ਸਰਕਾਰ ਦੇ ਜੀ 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 ਕਰ ਪੂਰੀ ਕਰਦੀ জর্জ ਫਰਨਾਂਡਸ ਦੀ ਉਹਨਾਂ ਨੇ ਰਾਜ ਕੇ ਸਲੋਤ ਨਹੀਂ ਕਰ ਦਿੱਤੀ ਤਾਂ तकरीबन तकरीबन ਲਾ ਲੋ ਕਿ ਉੰਨੀ ਵਾਲੀ ਫਾਰਮ ਜਿਹੜੀ ਹੈ ਨਾ ਮੈਨੂੰ ਲੱਗਦਾ ਗੜਖਰੀ ਸਾਹਿਬ ਹਾਸਲ ਕਰ ਜਾਣਗੇ ਥੋੜੇ ਦਿਨਾਂ ਤੱਕ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਹਰਿਆਣੇ ਦੇ ਸਰਸਾ ਦੇ ਰਹਿਣ ਵਾਲੇ ਨਾ ਇੱਕ ਮੈਂ ਨੌਜਵਾਨ ਬਾਰੇ ਪੜ ਰਿਹਾ ਸੀਗਾ ਕਿ ਉਸਨੇ ਰਾਜਸਥਾਨ ਜਾ ਕੇ ਬਹੁਤ ਅਨੋਖੀ ਮਿਸਾਲ ਕਹਿਨ ਕੀਤੀ ਹੈ ਕਿਤੇ ਹੈ ਕਿ ਸੋਰੇ ਵੀ ਉਹਦੇ ਦੂਜੀ ਸਟੇਟ ਚ ਬਣੇ ਆ ਨਾ ਤਾਂ ਜਦੋਂ ਉਹ ਗਾਜੇਵਾਜੇ ਦੇ ਨਾਨ ਲਾੜੀ ਨੂੰ ਵਿਆਉਣ ਗਿਆ ਉਹਨੇ ਲੱਖਾਂ ਰੁਪਏ ਦਾ ਜਿਹੜਾ ਸੀਗਾ ਦਾਜ ਦੇਜ ਉਹ ਸਾਰਾ ਠੁਕਰਾ ਕੇ 1 ਰੁਪਏ ਦਾ ਸ਼ਗਨ ਪਵਾਇਆ ਜੀ ਨਾਲ ਨਾਲ ਕਹਤਾਂ ਵੀ ਨਾਲ ਹੀ ਠੀਕ ਆ ਸੋ ਬੜੀ ਵਧੀਆ ਖਬਰ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਪਾਰੀ ਦਾਜ ਦਿੱਤੇ ਜਾਂਦੇ ਆ ਜਾਂ ਆਪਣੇ ਸਮਾਜ ਦੇ ਵਿੱਚ ਵੀ ਬਹੁਤ ਕੀਮਤੀ ਕੀਮਤੀ ਤੋਹਫੇ ਦਿੱਤੇ ਜਾਂਦੇ ਆ ਦਾਜ ਦੇ ਰੂਪ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਅੱਜਕੱਲ ਨੌਜਵਾਨਾਂ ਦੇ ਵਿੱਚ ਇਹ ਇੱਕ ਵੱਖਰੀ ਪਰਤ ਪੈ ਰਹੀ ਆ ਇਹ ਵਧੀਆ ਸ਼ੁਭ ਸੰਕੇਤ ਆ ਕਿ ਬਹੁਤ ਸਾਰੇ ਨੌਜਵਾਨ ਸਾਦੇ ਵਿਆਹ ਕਰਵਾ ਰਹੇ ਆ ਇਸ ਤੋਂ ਇਲਾਵਾ ਜੇ ਚਲੋ ਵਿਆਹ ਵੀ ਪੂਰੇ ਸ਼ਗਨ ਮਨਾ ਕੇ ਤੁੰ ਤੜਕੇ ਨਾਲ ਹੋ ਰਿਹਾ ਤਾਂ ਐਟ ਲੀਸਟ ਇਹ ਆ ਕਿ ਮੰਗੇ ਦਾਜ ਨਹੀਂ ਲਏ ਜਾ ਰਹੇ ਜੀ